नसीरी। क्या नाम सीरी? मेरा नाम सुनील बहल है। हाँ जी, होशियार बोल तो। अच्छा, जुलाई में चर्च खुल गया सी, इस तो पहला भी सरदार साहब जी बैठे थे नीली पग पहले, उन्होंने थ्रू और कोई सेवा रह गए थे सुरेंद्र कुमार जी मंदिर से, ऐसे प्रॉफेक्ट जी द्वारा प्रार्थना की जाएगी तो सब कुछ बदला जाएगा। हाँ जी। और मेन समस्या ये है कि सोजिश बड़ा घट हो गई सी, मेरे पैरों की लैग पावर वीक सी, जिसके कारण मैं कोई जॉब भी नहीं दिता सी। अच्छा, ਤੁਹਾਡੇ ਲੱਤਾਂ 'ਚ ਸਵੈਲਿੰਗ ਹੁੰਦੀ ਰਹਿੰਦੀ ਸੀ? ਹਾਂਜੀ, ਨਾਲੀਆਂ 5-6 ਸਾਲਾਂ ਤੋਂ ਤੁਹਾਡੀ ਸੱਜੀ ਲੱਤ ਦੀਆਂ ਨਾੜਾਂ ਬਲੌਕ ਸੀ। ਹਾਂਜੀ ਬਿਲਕੁਲ। ਔਰ ਤੁਸੀਂ ਲਿਖਿਆ ਕਿ ਮੈਨੂੰ ਕੋਈ ਜੌਬ ਤੇ ਨਹੀਂ ਰੱਖਦਾ ਸੀ। ਹਾਂਜੀ, ਨਹੀਂ ਰੱਖਦਾ ਸੀ। ਔਰ ਬੜੇ ਤੁਸੀਂ ਲਿਖਿਆ ਕਿ ਤੁਹਾਡੀ ਜਿਹੜੀ ਲੱਤਾਂ ਵੀਕ ਹੋ ਚੁੱਕੀਆਂ ਸੀ। ਹਾਂਜੀ, ਐਸੀ ਡਾਕਟਰ ਨੇ ਤੁਹਾਨੂੰ ਕਿਹਾ ਸੀ ਕਿ ਆਪਰੇਸ਼ਨ ਕਰਨਾ? ਬਿਲਕੁਲ ਕਿਹਾ ਸੀ। ਔਰ ਪ੍ਰੋਫੈਟ ਸਾਹਿਬ ਨੇ ਮੇਰੇ ਵਾਸਤੇ ਪ੍ਰਾਰਥਨਾ ਕੀਤੀ ਔਰ ਤੇਲ ਮਲ ਕੇ ਦਿੱਤਾ ਸੀ ਬਲੈਸਿੰਗ ਵਾਸਤੇ, ਤੇ ਇਹ ਸਾਰੀ ਰਿਪੋਰਟਾਂ ਹੋ ਕੇ ਆਈਆਂ ਨੇ। ਪਿਛਲੇ ਹਫਤੇ ਡਾਕਟਰ ਨੇ ਦੱਸਿਆ ਕਿ ਆਪਕੋ ਬਲੱਡ ਚੜਾਉਣ ਦੀ ਲੋੜ ਨਹੀਂ ਹੈ। ਪਹਿਲਾਂ ਕਹਿੰਦੇ ਸੀ ਤੁਹਾਨੂੰ ਬਲੱਡ ਚੜਾਉਣਾ? ਹਾਂਜੀ, ਔਰ ਸਰਜਰੀ ਵਾਸਤੇ ਵੀ ਲਿਖਿਆ ਸੀ ਫਰਾਂਸਿਸ ਨਿਊਟਨ ਹਸਪਤਾਲ ਫਿਰੋਜ਼ਪੁਰ। ਹਾਂਜੀ, ਤੁਸੀਂ ਫਿਰੋਜ਼ਪੁਰ ਦੇ ਰਹਿਣ ਵਾਲੇ? ਨਹੀਂ, ਮੈਂ ਹੈਗਾ ਹੁਸ਼ਿਆਰਪੁਰ ਤੋਂ ਹਾਂ, ਲੇਕਿਨ ਉੱਥੇ ਰੈਫਰ ਕੀਤਾ ਹੈਗਾ ਸੀ ਮੈਨੂੰ, ਕਿਉਂਕਿ ਇੱਥੇ ਟੈਸਟ ਕਿਹੜੇ ਡਾਕਟਰ? ਇਹ ਰੈਫਲੈਕਸ ਆਫ ਦੇ ਡਾਕਟਰ ਸਲੀਮ ਖਾਨ ਹੈ। ਡਾਕਟਰ ਸਲੀਮ ਖਾਨ? ਹਾਂਜੀ ਹਾਂਜੀ, ਮੈਂ ਉੱਥੇ ਪੜ੍ਹਦਾ ਰਿਹਾ। ਠੀਕ ਹੈ, ਦੇਖ ਖੁਦਾ ਦੀ ਦਇਆ ਹੋਈ ਹੈ ਕਿ ਹੁਣ ਬਿਲਕੁਲ ਠੀਕ ਆ। ਆਪ ਜੀ ਨੇ ਪਛਾਣ ਨਹੀਂ ਲਿਆ ਹੋਏਗਾ, ਕੋਠੀ ਵੀ ਆਇਆ ਸੀ ਆਪ ਜੀ ਨੇ। ਔਰ ਜੁਲਾਈ ਨੂੰ ਹੁਣ ਤੁਹਾਨੂੰ ਕੋਈ ਪ੍ਰੋਬਲਮ ਨਹੀਂ? ਨਹੀਂ, ਹੁਣ ਨਹੀਂ ਹੈਗੀ ਬਿਲਕੁਲ ਵੀ। ਔਰ ਜਿੰਨੀ ਦੇਖ ਰਹੇ ਹੈਗੇ ਉਹ ਸੋਜਿਸ਼ ਆ, ਪਰੇਸ਼ਾਨੀ ਹੁੰਦੀ ਵੀ ਇਹ ਕਾਫੀ ਵੱਡਾ ਹੁੰਦਾ ਸੀ। ਮੈਂ ਬਹੁਤ ਵੱਡਾ ਹੁੰਦਾ ਸੀ, ਔਰ ਸਰਜਰੀ ਹੀ ਦੱਸੀ ਗਈ ਸੀ, ਹੋਰ ਕੋਈ ਚਾਰਾ ਨਹੀਂ ਹੈਗਾ। ਹੁਣ ਇਹ ਘਟਦਾ ਜਾ ਰਿਹਾ, ਘਟਦਾ ਜਾ ਰਿਹਾ ਹੈ। ਔਰ ਤਕਰੀਬਨ ਡਾਕਟਰ ਨੇ ਦੱਸਤਾ ਹੈ ਕਿ ਉਹ ਤਾਂ ਸਰਜਰੀ ਦੀ ਲੋੜ ਨਹੀਂ ਹੈਗੀ, ਉਹਦਾ ਹੀ ਠੀਕ ਹੋ ਜਾਊਗਾ। ਔਰ ਉਸ ਤਰ੍ਹਾਂ ਹੀ ਠੀਕ ਹੋ ਜਾਏਗਾ, ਇਹਦੇ 'ਚ ਲਿਖ ਕੇ ਦਿੱਤਾ ਹੈ। ਔਰ ਦੂਸਰੀ ਗੱਲ ਕਿ ਐਸੇ ਕਾਰਨ ਜੋਬ ਨਹੀਂ ਮਿਲਦਾ ਸੀ ਤੇ ਪਰਮੇਸ਼ਵਰ ਨੇ ਇੱਕ ਜਗ੍ਹਾ ਜੋਬ ਦਾ ਵੀ ਇੰਤਜ਼ਾਮ ਕਰਤਾ ਹੈ। ਔਰ ਲਾਈਫ ਤੁਹਾਡੀ ਸਹੀ ਹੋ ਗਈ? ਹਾਂਜੀ ਬਿਲਕੁਲ, ਤੁਸੀਂ ਖੁਸ਼ ਹੋ? ਅੱਜ ਵਾਪਸੀ ਹੈ ਔਰ ਮੈਂ ਪਰਮੇਸ਼ਵਰ ਦਾ ਤਾੜੀ ਮਾਰੋ, ਯਿਸੂ ਮਸੀਹ ਲਈ ਜ਼ੋਰਦਾਰ ਜੋਰ। परमेश्वर के दास के वचनों को और वचनों की टीचिंग्स को सुनने के लिए आप हमारे YouTube चैनल को सब्सक्राइब करें और बेल आइकन को दबाएं।